साल 2015 दे बरगाड़ी बेअदबी मामले नाल संबंधित तीन घटनावां दी जांच कर रही पंजाब पुलिस दी SIT ने पावन स्वरूप दी बेअदबी करन दी घटना दी न्यायक हिरासत विच चल रहे जेल विच बंद डेरा सच्चा सौदा सिरसा दे 6 पैरोकारां दे खिलाफ अदालत विच चलान पेश कर दिता है। उधर पंजाब हरियाणा उच्च अदालत ने बेअदबी दी घटना नाल जुड़ी पंजाब दे पिंड बुरज जवाहर सिंह वाला दे गुरुद्वारा साहिब दे बाहर विवादित पोस्टर लगाउण दी घटना दे विच चलान पेश करन ते अंतरिम रोक लगा दिती है। इस दी जानकारी बचाव पक्ष दे वकील विनोद मोंगा दे वल्लों दित्ती गई। भोग ते आए सीगे उस टाइम तो सारे बोल के गए सी कि जॉब दा ही बहुत जल्दी काम हो जाएगा। कदी कहंदे ने कि सानू प्रूफ लिया के दिखाओ कि हाँ कोरोना नाल ही डेथ हुई थी। असी झूठ थोड़ी बोलांगे कि कोरोना नाल नहीं हुई सी। साडे घर की हालत भी ठीक नहीं है। साडे घर च सिर्फ मेरे हसबेंड ही सी जो जॉब करते सी। हुण 8-9 महीने हो गए ने, कोई भी इनकम का साधन नहीं है हुण साडे कोल। मुख मंत्री दे सुरक्षा दस्ते दा सिपाही, मां बाप, पत्नी ते बच्चियां दा एक मात्र सहारा इकलौता कमाऊ पुत सी शहीद जसपाल सिंह, जो कि अपना फर्ज निभाउंदिआं कोरोना दे कारण शहीद हो गया। कि अजे भी इह परिवार तरस दे आधार ते नौकरी दे लायक नहीं? अमीर मंत्रियां दे इह बच्चे, महंगीआं गड्डियां ते करोड़ां दी संपत्ति दे मालक, कि इह लोक सचमुच तरस दे पात्र ने? पंजाब मंग दा जवाब। SIT ਵੱਲੋਂ ਅੱਜ ਕੋਈ ਚਲਾਨ ਪੇਸ਼ ਕੀਤੇ ਗਏ ਨੇ? ਕਿਹੜੇ ਮਾਮਲਿਆਂ ਵਿੱਚ ਚਲਾਨ ਪੇਸ਼ ਕੀਤੇ ਨੇ? FIR ਨੰਬਰ 128 ਦੇ ਵਿੱਚ ਸਿੱਟ ਨੇ ਚਲਾਨ ਪੇਸ਼ ਕੀਤਾ, ਔਰ 117 ਨੰਬਰ FIR ਦੇ ਵਿੱਚ ਵੀ ਇਹਨਾਂ ਨੇ ਚਲਾਨ ਪੇਸ਼ ਕਰਨਾ ਸੀ, ਲੇਕਿਨ ਮਾਨਯੋਗ ਹਾਈ ਕੋਰਟ ਨੇ ਅੱਜ ਸਟੇਅ ਆਰਡਰ ਜਾਰੀ ਕਰਤਾ ਵੀ 117 ਨੰਬਰ 'ਚ ਤੁਸੀਂ ਹਾਲੇ ਚਲਾਨ ਪੇਸ਼ ਨਹੀਂ ਕਰਨਾ, ਔਰ ਉਹਦੇ 'ਚ 15-7 ਡੇਟ ਪਾਤੀ ਹੈ। ਉਦੋਂ ਸ਼ਾਇਦ ਬਹਿਸ ਹੋ ਕੇ, ਕਿਉਂਕਿ ਅਸੀਂ ਡੇਰਾ ਪ੍ਰੇਮੀ ਜਿਹੜੇ ਹੈ ਉਹ ਹਾਈ ਕੋਰਟ ਗਏ ਸੀਗੇ ਇਸ ਗੱਲ ਕਰਕੇ ਵੀ ਪਹਿਲਾਂ ਜਿਹੜਾ ਸੁਖਜਿੰਦਰ ਸਿੰਘ ਸੰਨੀ ਦਾ ਹੈਂਡਰਾਈਟਿੰਗ ਜਿਹੜਾ ਹੈਗਾ ਉਹਦਾ ਕੰਪੈਰੀਜ਼ਨ CBI ਨੇ ਕਰਵਾਇਆ ਸੀ, ਹੁਣ ਪੰਜਾਬ ਪੁਲਿਸ ਦੁਆਰਾ ਉਹਦਾ ਫਿਰ ਕੰਪੈਰੀਜ਼ਨ ਕਰਾਉਣਾ ਚਾਹੁੰਦੀ ਹੈ। ਉਹ ਕਾਰਨ ਕੋਈ ਨਹੀਂ ਹੈ। ਅਸੀਂ ਹੇਠਾਂ ਇਸ ਗੱਲ ਦਾ ਇਤਰਾਜ਼ ਉਠਾਇਆ ਸੀਗਾ, ਮਾਨਯੋਗ ਹੇਠਲੀ ਅਦਾਲਤ ਨੇ ਸਾਡੀ ਮਤਲਬ ਐਪਲੀਕੇਸ਼ਨ ਖਾਰਜ ਕਰਤੀ ਸੀ, ਅਸੀਂ ਉਹਦੇ ਵਰਖਿਲਾਫ ਮਾਨਯੋਗ ਹਾਈ ਕੋਰਟ ਵਿੱਚ ਗਏ ਹਾਂ ਅਤੇ ਉਸ ਕਾਰਵਾਈ ਦੇ ਵਿੱਚ ਅੱਜ ਮਾਨਯੋਗ ਹਾਈ ਕੋਰਟ ਨੇ ਸਟੇਅ ਜਾਰੀ ਕੀਤਾ। ਸਰ, ਕਿੰਨੇ ਲੋਕ ਨੇ ਜਿਹੜੇ ਇਸ ਮਾਮਲੇ ਵਿੱਚ ਨਾਮਜ਼ਦ ਨੇ ਜਿਨ੍ਹਾਂ ਦੇ ਖਿਲਾਫ ਹੁਣ ਚਲਾਨ ਪੇਸ਼ ਹੋ ਚੁੱਕਾ? ਦੇਖੋ, ਜਿਹੜੇ 117 ਨੰਬਰ ਹੈ ਉਹਦੇ 'ਚ ਤਾਂ 4 ਬੰਦੇ ਨਾਮਜ਼ਦ ਹੈ, 128 ਦੇ ਵਿੱਚ 6 ਬੰਦੇ ਨਾਮਜ਼ਦ। ਸਰ, ਇਸ ਵਿੱਚ ਹੁਣ ਅਗਲੀ ਕਾਰਵਾਈ ਕਿਸ ਤਰ੍ਹਾਂ ਦੀ ਰਹੇਗੀ ਅਦਾਲਤ ਦੀ? ਦੇਖੋ, ਹੁਣ ਇਹਨਾਂ ਨੇ ਅੱਜ 128 ਦੇ ਵਿੱਚ ਚਲਾਨ ਪੇਸ਼ ਕੀਤਾ, ਇਹਦੇ 'ਚ 20 ਤਰੀਕ ਪਹਿਲਾਂ ਹੀ ਲੱਗੀ ਵੀ ਹੈ ਜੁਡੀਸ਼ਲ ਰਿਮਾਂਡ ਦੀ, 20 ਤਰੀਕ ਨੂੰ ਦੋਸ਼ੀਆਂ ਨੂੰ ਪੇਸ਼ ਕੀਤਾ ਜਾਊਗਾ, ਉਹਨਾਂ ਨੂੰ ਚਲਾਨ ਦੀਆਂ ਕਾਪੀਆਂ ਫ੍ਰੀ ਆਫ ਕੋਸਟ ਦਿੱਤੀਆਂ ਜਾਣਗੀਆਂ, ਉਸ ਤੋਂ ਬਾਅਦ ਤਰੀਕ ਮੁਕਰਰ ਹੋਊਗੀ ਫਰਜ਼ ਜੁਰਮ ਲਾਉਣ ਦੀ। ਫਰਜ਼ ਜੁਰਮ 'ਤੇ ਵੀ ਅਸੀਂ ਮਾਨਯੋਗ ਅਦਾਲਤ ਨੂੰ ਆਪਣੇ ਪੱਖ ਦੱਸਾਂਗੇ ਵੀ ਇਹ ਜਿਹੜੀ ਇਹਨਾਂ ਨੇ ਤਫਤੀਸ਼ ਕੀਤੀ ਹੈ ਉਹਦੇ ਤੋਂ ਕੋਈ ਜੁਰਮ ਨਹੀਂ ਬਣਦਾ ਅਤੇ ਫਰਜ਼ ਜੁਰਮ ਫਰੇਮ ਨਹੀਂ ਹੋਣਾ ਚਾਹੀਦਾ। ਸਰ, ਜੇ ਗੱਲ ਕਰੀਏ ਤਾਂ ਇਸ ਮਾਮਲੇ ਵਿੱਚ CBI ਦੀ ਜਾਂਚ ਕਰ ਚੁੱਕੀ ਜਿਸ ਵਿੱਚ ਸਾਰੇ ਆਰੋਪੀਆਂ ਨੂੰ ਕਲੀਨ ਚਿੱਟ ਦੇ ਚੁੱਕੀ ਹੈ, ਔਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਕੋਈ ਫਿਜ਼ੀਕਲ ਸਬੂਤ ਵੀ ਅਜੇ ਤੱਕ SIT ਦੇ ਹੱਥ ਨਹੀਂ ਲੱਗਾ? ਬਿਲਕੁਲ, ਇਹ SIT ਦੀ ਪਰਫੋਰਮੈਂਸ 0 ਹੈ, ਇਹ ਸਿਰਫ ਆਪਦੀ ਕਾਗਜ਼ੀ ਪਰਫੋਰਮੈਂਸ ਦਿਖਾ ਰਹੇ ਹੈ, ਕਿਉਂਕਿ ਜੋ ਪੰਜਾਬ ਦੇ ਵਿੱਚ ਬੇਹੁਰਮਤੀ ਦੇ ਬਰਖਿਲਾਫ ਜੋ ਜਨਤਾ ਆਵਾਜ਼ ਉਠਾ ਰਹੀ ਸੀ ਉਹਨੂੰ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਵਾਸਤੇ, ਅੱਖਾਂ ਪੂੰਝਣ ਵਾਸਤੇ ਐਵੇਂ ਇਹ ਫਰਜ਼ੀ ਦੀ ਕਾਰਗੁਜ਼ਾਰੀ ਦਿਖਾ ਰਹੇ ਹੈ। ਇਨ ਰਿਐਲਿਟੀ ਇਹਨਾਂ ਨੇ ਕੋਈ ਸਹੀ ਤਫਤੀਸ਼ ਨਹੀਂ ਕੀਤੀ ਵੀ ਤਾਂ ਕਿ ਇਹ ਜਿਹੜਾ ਘਟੀਆ ਹਰਕਤ ਹੈ ਉਹ ਐਕਚੁਅਲੀ ਕਿਹਨੇ ਕੀਤੀ ਹੈ ਉਹ ਕੋਈ ਸਾਹਮਣੇ ਨਹੀਂ ਲਿਆ ਸਕਿਆ। ਦੇਖੋ, CBI ਨੇ ਹਰ ਐਂਗਲ ਤੋਂ ਇਸ ਕੇਸ ਨੂੰ ਇਨਵੈਸਟੀਗੇਟ ਕੀਤਾ, ਤਿੰਨੇ ਕੇਸਾਂ ਨੂੰ, 63 ਨੰਬਰ FIR, 117 ਅਤੇ 128 ਨੂੰ। ਸਾਰੇ ਜੋ ਦੋਸ਼ੀ ਹੈ ਉਹਨਾਂ ਸਾਰਿਆਂ ਦੇ ਸਾਇੰਟੀਫਿਕ ਟੈਸਟ ਕਰਵਾਏ ਹੈ, ਜਿੰਨੇ ਵੀ ਹੈ ਜੋ ਹੋ ਸਕਦੇ ਹੈ, ਕੋਈ ਟੈਸਟ ਪੋਜ਼ਿਟਿਵ ਨਹੀਂ ਆਇਆ, ਸਾਰੇ ਨੈਗੇਟਿਵ ਆਏ। ਔਰ ਇਸ ਤੋਂ ਇਲਾਵਾ ਦੇਖੋ, ਜਦੋਂ ਪੰਜਾਬ ਪੁਲਿਸ ਤੋਂ ਤਫਤੀਸ਼ CBI ਨੂੰ ਹੈਂਡ ਓਵਰ ਹੋਈ ਸੀ ਨਾ,
ਤਾਂ ਉਦੋਂ ਪੰਜਾਬ ਪੁਲਿਸ ਨੇ ਉਦੋਂ ਤੱਕ ਜੋ ਤਫਤੀਸ਼ ਕੀਤੀ ਸੀ ਈਵਨ CBI ਨੇ ਉਹ ਤਫਤੀਸ਼ ਵੀ ਪੰਜਾਬ ਪੁਲਿਸ ਦੀ ਚਿੱਠੀ ਪਾਈ ਗਈ ਹੈ। ਪੰਜਾਬ ਪੁਲਿਸ ਦਾ ਜੋ ਐਂਗਲ ਸੀਗਾ ਉਹ ਸਾਰਾ ਹੀ ਗਲਤ ਸੀਗਾ। ਮੈਂ ਹੈਰਾਨ ਹਾਂ ਪੰਜਾਬ ਪੁਲਿਸ ਆਪਦੇ ਆਪ ਨੂੰ CBI ਤੋਂ ਉੱਪਰ ਸਮਝੀ ਜਾਂਦੀ ਹੈ। ਇਹਨਾਂ ਨੂੰ ਇਸ ਗੱਲ ਦੀ ਬਹੁਤ ਵੱਡੀ ਗਲਤ ਫਹਿਮੀ ਹੈ ਵੀ ਕਿਤੇ ਪੰਜਾਬ ਪੁਲਿਸ ਦੀ ਜਿਹੜੀ ਐਫੀਸ਼ੈਂਸੀ ਹੈ ਉਹ CBI ਤੋਂ ਉੱਤੋਂ ਦੀ ਹੈ। ਬਿਊਰੋ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ TV।